ਇਹ ਆ ਕੇ ਇੱਥੇ ਜਿਹੜਾ ਕੁਰਸੀਆਂ ਬਾਹਰ ਭੰਨੀਆਂ ਗਈਆਂ ਜਿਹੜੀਆਂ ਗੱਦੀਆਂ ਕੱਢ ਦਿੱਤੀਆਂ ਗਈਆਂ ਟੇਬਲਸ ਡੱਠੇ ਹੋਏ ਸੀ ਇਹ ਭੰਨਣ ਦਾ ਜਿਹੜਾ ਸਿੰਬੋਲਿਕ ਐਕਟ ਹੈ ਉਹਨੂੰ ਡਿਫਾਈਨ ਕਰੋ ਕੀ ਹੈ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਜੇ ਮਹਾਰਾਜ ਜ਼ਮੀਨ ਤੇ ਬੈਠੇ ਹੋਣ ਸਿੱਖਾਂ ਨੂੰ ਸਤਿਕਾਰ ਵਜੋਂ ਟੋਆ ਪੁੱਟ ਕੇ ਤੇ ਨੀਵੇਂ ਹੋ ਕੇ ਬਹਿਣਾ ਚਾਹੀਦਾ ਤੇ ਜੇ ਮਹਾਰਾਜ ਤਖਤੇ ਨੇ ਉਹਦੀ ਹਜ਼ੂਰੀ ਦੇ ਵਿੱਚ ਕੋਈ ਦੂਜਾ ਤਖਤ ਲੱਗ ਜਾਵੇ ਇਹ ਬੜੇ ਵੱਡੇ ਗੁਨਾਹ ਦੀ ਗੱਲ ਹੈ ਗੁਨਾਹ ਨੂੰ ਸ਼ਬਦੀ ਰੂਪ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਵੇਖੋ ਵੇਖੀ ਚਰਚ ਦੀ ਤਰਜ਼ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਕੁਰਸੀਆਂ ਆਈਆਂ ਫਿਰ ਵਧਦੀਆਂ ਗਈਆਂ ਕਈ ਗੁਰੂ ਘਰ ਐਸੇ ਨੇ ਜਿੱਥੇ 10 ਦਾ 20 50 50 ਕੁਰਸੀਆਂ ਪਈਆਂ ਨੇ ਸੋ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦਾ ਬਹਾਲ ਸਤਿਕਾਰ ਜਿਹੜਾ ਸਤਿਕਾਰ ਬਹਾਲ ਕਰਨ ਦੇ ਲਈ ਇਹ ਕੁਰਸੀਆਂ ਨਿਰੀਆਂ ਬਾਹਰ ਨਹੀਂ ਕੱਢਣੀਆਂ ਦੇਖੋ ਜਿਹੜਾ ਤਖਤ ਗੁਰੂ ਦੀ ਹਜ਼ੂਰੀ 'ਚ ਲੱਗ ਗਿਆ ਉਹ ਨਾ ਕਿਸੇ ਦੇ ਵਰਤਣ ਯੋਗ ਰਿਹਾ ਉਹ ਨਾ ਰੱਖਣ ਯੋਗ ਰਿਹਾ ਉਹ ਜੇ ਲੋਹਾ ਵਾ ਲੋਹਾ ਵਾ ਤੇ ਉਹਨੂੰ ਪਗਲਾ ਦਿਓ ਪਗਲਾ ਕੇ ਤੇ ਕਿਤੇ ਸੁੱਟ ਦਿਓ ਇੱਥੇ ਨਾ ਪੁਲਿਸ ਵਾਲੇ ਪੁੱਛ ਰਹੇ ਸੀ ਅਫੀਸ਼ੀਅਲ ਸਾਏ ਹੋਏ ਆ ਬੇਸ਼ੱਕ ਇਹ ਸਿੱਖਾਂ ਦਾ ਮਸਲਾ ਵਾ ਪੁਲਿਸ ਦਾ ਇਸ ਚੀਜ਼ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਗਾ ਸਿੱਖਾਂ ਦਾ ਆਪਣਾ ਮਸਲਾ ਉਹ ਇਹੀ ਕਹਿ ਰਹੇ ਸੀ ਕਿ ਇਹ ਕਿਸੇ ਗਰੀਬ ਨੂੰ ਦੇ ਦਿੰਦੇ ਤੁਹਾਡਾ ਕੀ ਮੰਨਣਾ ਨਹੀਂ ਦੇਖੋ ਗਰੀਬ ਦੇ ਘਰ 'ਚ ਜਾੜਾ ਕਿਉਂ ਕਰਾਉਣਾ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਤਖਤ ਰੂਪ ਦੇ ਲੱਗੀਆਂ ਕੁਰਸੀਆਂ ਕਿਸੇ ਗਰੀਬ ਦੇ ਘਰ ਜਾਣਗੇ ਅੱਗੇ ਗਰੀਬੀ ਆ ਹੋਰ ਉਜਾੜਾ ਹੋ ਜੂ ਇਹ ਤੇ ਪੁਲਿਸ ਵਾਲਿਆਂ ਨੂੰ ਕਹਾ ਵੀ ਕੋਈ ਆਪਣੇ ਘਰ ਨਾ ਲੈ ਜਾਵੇ ਇਹ ਵੀ ਨਾ ਸੋਚੋ ਥਾਣੇ ਲਾ ਦੋਗੇ ਤੇ ਉੱਥੇ ਵੀ ਨੁਕਸਾਨ ਹੋਊਗਾ ਅੱਗੇ ਹੋ ਰਿਹਾ ਪ੍ਰਸ਼ਾਸਨ ਦਾ ਹੈ ਤੇ ਹੋਰ ਹੋਊਗਾ ਸੋ ਇਹ ਕਰਕੇ ਜਿਹੜੀ ਪਾਪੀ ਚੀਜ਼ ਹੋ ਜਾਵੇ ਜਿਵੇਂ ਸਰਹੰਦ ਨੂੰ ਸਿੱਖਾਂ ਨੇ ਮਲੀਆ ਮੇਟ ਕਰਤਾ ਸੀ ਹੁਣ ਉਹ ਵੀ ਕਹਿ ਸਕਦਾ ਵੀ ਇਹ ਕਿਸੇ ਨੂੰ ਦੇ ਦਿੰਦੇ ਇਹ ਘਰਾਂ 'ਚ ਕਿ ਗਰੀਬਾਂ ਨੂੰ ਵਸਾਉਂਦੇ ਇੱਦਾਂ ਨਹੀਂ ਹੁੰਦਾ ਜਦੋਂ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਆ ਘੋਰ ਉਲੰਘਣਾ ਹੁੰਦੀ ਮਰਿਆਦਾ ਦੀ ਉੱਥੇ ਇਹੋ ਜਿਹੀਆਂ ਚੀਜ਼ਾਂ ਨੂੰ ਸਿੰਬੋਲਿਕ ਤੌਰ ਦੇ ਉੱਤੇ ਤਾਂ ਤਬਾਹ ਕੀਤਾ ਜਾਂਦਾ ਵੀ ਅੱਗੇ ਤੋਂ ਕੋਈ ਕਤਾਈ ਨਾ ਕਰੇ ਨਹੀਂ ਤੇ ਕੁਰਸੀਆਂ ਅੱਜ ਬਾਹਰ ਆਈਆਂ ਨੇ ਕੋਈ ਗਰੀਬ ਤੇ ਇੱਥੇ ਇਕੱਠੇ ਹੋ ਹੀ ਜਾਣੇ ਨੇ ਕੁਰਸੀਆਂ ਲੈਣ ਨੂੰ ਪਰ ਆਪਾਂ ਇਹ ਵੀ ਸੋਚੀਏ ਪਰ ਉਹਨੂੰ ਦੇ ਕੀ ਰਹੇ ਹਾਂ ਹੱਕ ਦੇ ਕਮਾਈ ਦਾ ਹੀ ਦਾਨ ਕਰਨਾ ਚਾਹੀਦਾ ਹੈ ਤੇ ਇਹ ਤੇ ਪਲੀਤ ਹੋਈ ਚੀਜ਼ ਹੈ ਜੇ ਲੱਕੜ ਹੈ ਤੇ ਲੱਕੜ ਨੂੰ ਅੱਗ ਲਾ ਦਿਓ ਉਹਦੀ ਅੱਗ ਸਿੱਕਣੀ ਵੀ ਨਹੀਂ ਚਾਹੀਦੀ ਮੈਂ ਕਹਿੰਦਾ ਇਹਦੇ ਨਾਲ ਰੋਟੀ ਪੱਕੇ ਨਾ ਚੁੱਲ੍ਹਾ ਬਲੇ ਇਹਨੂੰ ਅੱਗ ਲਾ ਕੇ ਦੂਰ ਕਿਤੇ ਅੱਗ ਲਾਉਣੀ ਚਾਹੀਦੀ ਹੈ ਇਹੋ ਜਿਹੀ ਚੀਜ਼ ਨੂੰ ਸੋ ਮਹਾਰਾਜ ਕਿਰਪਾ ਕਰਨ ਜਿਹੜਾ ਜਿਹੜੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਹੈਗੀਆਂ ਨੇ ਉਹ ਆਪ ਕੱਢਣ ਸਾਨੂੰ ਨਾ ਕੱਢਣੀਆਂ ਪੈਣ ਆਪ ਕੱਢ ਕੇ ਭੰਨ ਕੇ ਅੱਗ ਲਾਉਣ ਇਹ ਮਰਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ